ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਇਸ ਟਾਈਮ ਜੋ ਆਪ ਜੀ ਹਾਂਜੀ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਆ ਜੋ ਬੀਬੀ ਆਪ ਵੇਖ ਰਹੇ ਹੋ, ਇਹ ਬੀਬੀ ਦਾ ਨਾਂ ਸੁਖਚੈਨ ਕੌਰ ਹੈ, ਜ਼ਿਲ੍ਹਾ ਸੰਗਰੂਰ ਪੰਜਾਬ ਤੋਂ, ਪਿੰਡ ਗੁਜਰਾਂ। ਇਹ ਲਗਭਗ ਕਿੰਨੇ ਸਾਲ ਹੋ ਗਏ ਜੀ? 27 ਸਾਲ ਤੋਂ। ਅਤੇ ਇਹ ਘਰੋਂ ਜਿਹੜੇ ਸੀ ਇਹ ਵਿਛੜ ਗਏ, ਅਤੇ ਇਹ ਮਿਲੇ ਹੁਣ ਆਪਣੇ ਪਰਿਵਾਰ ਨੂੰ। ਇਹ ਪਿੰਡ ਨਵਾਬਗੰਜ, ਜੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ, ਵੀਰ ਜੀ ਅਨੂਪ ਸਿੰਘ ਜੀ ਇੱਥੇ ਰਹਿ ਕੇ ਸੇਵਾ ਕਰਵਾਉਂਦੇ ਆ, ਅਤੇ ਉੱਥੇ 5 ਸਾਲ ਤੋਂ ਇਹ ਬੀਬੀ ਇਸ ਡੇਰੇ ਦੇ ਵਿੱਚ ਰਹਿ ਰਹੀ ਆ। ਅਤੇ ਉਹ ਇੱਥੇ ਰਹਿ ਕੇ ਨਾਲ ਜਿਹੜਾ ਵੀ ਸਾਰੇ ਬੀਬੀਆਂ ਭੈਣਾਂ ਦੇ ਭਰਾਵਾਂ ਦੇ ਸਾਰੇ ਪਰਿਵਾਰ ਵਾਂਗੂ ਰਹਿ ਰਹੀ ਸੀ, ਅਤੇ ਅੱਜ ਇਹਨਾਂ ਦਾ ਪਰਿਵਾਰ ਜਿਹੜਾ ਮਿਲਿਆ, ਅਤੇ ਪਰਮਾਤਮਾ ਨੇ ਕਿਰਪਾ ਕੀਤੀ ਆ, ਅਤੇ ਇਹ ਪਰਿਵਾਰ ਹੁਣ ਜਿਹੜਾ ਆਣ ਕੇ ਅਤੇ ਬੀਬੀ ਨਾਲ ਲੈ ਕੇ ਚੱਲਿਆ। ਅਤੇ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਰਿਵਾਰ ਜੀ ਹੁਣ ਬੀਬੀ ਨੂੰ ਲੈ ਕੇ ਜਾ ਰਿਹਾ। ਵਾਹ ਜੀ ਵਾਹ, ਵੇਖੋ ਤੁਸੀਂ ਕਿੰਨੇ ਸਾਲਾਂ ਬਾਅਦ ਇਹ ਪਰਿਵਾਰ ਬੀਬੀ ਨੂੰ ਮਿਲਿਆ। ਵਾਹ ਜੀ ਵਾਹ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਅੱਗੋਂ ਕੇ ਬਣਾਈਏ ਆ ਗਿੱਲ, ਆ ਬਣਾਈ ਸਾਡੀ ਵੀ ਥੋੜ੍ਹੀ ਆ ਬਣ ਡਈ ਆ, ਮਤਲਬ ਅੱਗੋਂ ਕੇ ਸਾਰੇ ਆਪਣੇ ਬਾਬਾ ਜੀ ਨੇ ਇੰਨਾ ਹੀ ਫੈਮਿਲੀ ਆ, ਇਹਨੇ ਇੱਥੇ ਪੰਜਾਬੋਂ ਫੈਮਿਲੀ ਮਿਲੀ ਹੈ। ਉਹਨਾਂ ਨੇ ਸਾਨੂੰ ਦੱਸਿਆ ਇੱਥੇ ਆਣ ਕੇ ਵੀ ਆਹ ਗੱਲ ਆ, ਅਤੇ ਅਸੀਂ ਤਾਂ ਉਦਣ ਦੇ ਕਰਨ ਪਏ ਹਾਂ, ਚਲੋ ਹੁੰਦੇ ਆ, ਅਤੇ ਕੱਲ੍ਹ ਅਸੀਂ ਜਾਣਾ ਸੀ ਉੱਥੇ, ਵੀ ਇੱਥੇ ਕਰਕੇ ਕੱਲ੍ਹ ਦਾ ਪ੍ਰੋਗਰਾਮ ਸੀ ਸਾਡਾ। ਅਤੇ ਹੁਣ ਤੁਸੀਂ ਪੰਜਾਬ ਹੀ ਜਾਣਾ ਕਿ ਜਾਂ ਪੰਜਾਬ? ਚਲੋ ਬੜੀ ਖੁਸ਼ੀ ਦੀ ਗੱਲ ਹੈ ਬਾਈ, ਨੰਬਰ ਲੈ ਲਿਆ ਇਹਨਾਂ ਦਾ? ਹਾਂਜੀ ਨੰਬਰ ਲੈ ਲਿਆ। ਨੰਬਰ ਲੈ ਲਿਆ ਬਾਬਾ ਜੀ। ਚਲੋ ਤਾਂ ਫਿਰ ਕਿਤੇ ਬੰਦਾ ਮਿਲਦਾ ਕਿੱਦਾਂ ਰਹਿੰਦਾ। ਠੀਕ ਹੈ ਜੀ ਵੀਰ, ਚੰਗਾ ਬੇਟਾ ਲੈ ਕੇ ਕਿੰਨਾ ਹੁਣ ਬੜਾ।